ਮੇਰਾ ਨਾਮ ਅਮਰੀਕ ਸਿੰਘ ਰਹਿਲਾ। ਕੀ ਗੱਲਬਾਤ ਹੋਈ ਹੈ? ਬਸ ਜੀ ਆਫਟਰ ਜਿਹੜੀ ਡੰਡਾਲ ਤੋਂ ਪਠਾਨਕੋਟ ਆਉਣ ਵਾਸਤੇ ਉੱਥੋਂ ਜਿੱਦਾਂ ਮੰਦਰ ਆਇਆ ਉਸ ਤੋਂ ਥੱਲੇ ਚੜ੍ਹਾਈ ਉਤਰਾਈ ਹੁੰਦੀ ਆ, ਉੱਥੋਂ ਉਹਨੇ ਰਫਤਾਰ ਨਾਲ ਫਲੈਦਾ ਜਾ ਰਹੀ ਅਤੇ ਉਹ ਬੜੇ ਝਾਕਾ ਲੰਘ ਕੀ ਹੋਇਆ ਉਹ ਆਟੋ ਮੁੜ ਕੇ ਅਤੇ ਤਿੰਨ ਚਾਰ ਪਾਜੀਆਂ ਪਈਆਂ ਅਤੇ ਜਿੰਨੇ ਜਣੇ ਬੈਠੇ ਸਾਰੇ ਜ਼ਖਮੀ ਹੋ ਗਏ। ਇੱਕ ਤਾਂ ਬਹੁਤ ਸੀਰੀਅਸ ਹੋਇਆ, ਇੱਕ ਫੈਮਲੀ ਚਾਰ ਜਣੇ ਆਟੋ ਵਾਲੇ ਨੇ ਕਿਤੇ ਦਾਰੂ ਸ਼ਾਰੂ ਤਾਂ ਨਹੀਂ ਪੀਤੀ ਦੀ? ਸ਼ਾਇਦ ਪੀਤੀ, ਕਦੇ ਨਹੀਂ ਪਤਾ ਵੀ ਅਸੀਂ ਪਿੱਛੇ ਬੈਠੇ ਤਾਂ ਉੱਗੇ ਹੀ। ਆਟੋ ਵਾਲਾ ਨਾਲ ਹੈ ਜਾਂ ਭੱਜ ਗਿਆ? ਭੱਜ ਗਿਆ ਜੀ। ਐਕਸੀਡੈਂਟ ਕੇਸ ਆਇਆ ਕੀ ਹੈਗਾ? ਇੱਥੇ ਐਕਸੀਡੈਂਟ ਕੇਸ ਆਏ ਹੈਗੇ ਤਿੰਨ ਪੇਸ਼ੈਂਟ ਇੰਜਰਡ ਹੈਗੇ ਉਹਦੇ ਵਿੱਚ। ਐਕਸੀਡੈਂਟ ਡਮਟਾਲ ਸ਼ਿਵਾਜੀ ਮੰਦਿਰ ਦੇ ਕੋਲ ਹੋਇਆ, ਜਿਨ੍ਹਾਂ ਵਿੱਚ ਇੱਕ ਤਾਂ ਕਾਫੀ ਸੀਰੀਅਸ ਸੀਗਾ, ਉਹਨੂੰ ਰੈਫਰ ਕਰ ਦਿੱਤਾ ਫਸਟ ਏਡ ਦੇ ਕੇ, ਬਾਕੀ ਦੋ ਸਟੇਬਲ ਹੈਗੇ ਆ ਉਹ ਇੱਥੇ ਐਡਮਿਟ।